ਕਰੈਕ ਪੀਟੀ ਜਸਟ ਇਨ 1 ਮੰਥ। ਸਾਜਨਪ੍ਰੀਤ ਹੈ ਜੀ ਸਾਡੇ ਨਾਲ, ਜਿਹਦਾ 64 ਪੀਟੀ ਦਾ ਸਕੋਰ ਆਇਆ, ਨੋਟ ਲੈਸ ਦੈਨ 64। ਸਾਜਨ ਨੂੰ ਪੁੱਛਾਂਗੇ ਕਿ ਇਹਨਾਂ ਦਾ ਐਕਸਪੀਰੀਅੰਸ ਵਿਨ ਯੋਰ ਇੰਗਲਿਸ਼ ਦੇ ਨਾਲ ਕਿੱਦਾਂ ਦਾ ਰਿਹਾ। ਸਾਜਨਪ੍ਰੀਤ, ਕਿੱਦਾਂ ਦੀ ਟ੍ਰੇਨਿੰਗ ਰਹੀ ਪੀਟੀ ਦੀ ਸਾਡੇ ਨਾਲ? ਟ੍ਰੇਨਿੰਗ ਸਰ ਜੀ ਬਹੁਤ ਵਧੀਆ ਸੀਗੀ, ਅਤੇ ਇੱਥੋਂ ਦੇ ਮੈਡਮ ਵੀ ਬਹੁਤ ਵਧੀਆ ਪੜ੍ਹਾਉਂਦੇ ਆ, ਸੋਫਟਵੇਅਰ ਵੀ ਬਹੁਤ ਵਧੀਆ। ਹੋਰ ਸੈਂਟਰ ਮੈਂ ਜੁਆਇਨ ਕੀਤੀ ਸੀਗੀ, ਉੱਥੇ ਉਹ ਜਿਹਾ ਸੋਫਟਵੇਅਰ ਹੈ ਉਹਦੇ ਯੂਨੀਕ, ਉਹਦੇ ਅਨੁਸਾਰ ਨਹੀਂ ਹੈਗਾ ਜਿੱਥੇ ਆਪਾਂ ਐਗਜ਼ਾਮ ਸੈਂਟਰ ਦਿੰਦੇ ਜਾਂਦੇ। ਸੋ ਐਗਜ਼ਾਮ ਤੋਂ ਤੁਹਾਨੂੰ ਈਜ਼ੀ ਆਇਆ ਐਗਜ਼ਾਮ? ਸਰ ਜੀ ਈਜ਼ੀ ਆਇਆ ਜੀ, ਈਜ਼ੀ ਆਇਆ। ਤੋ ਜਿਵੇਂ ਇੱਥੇ ਟ੍ਰੇਨਿੰਗ ਰੋਜ਼ ਅਸੀਂ ਕਰਵਾਉਂਦੇ ਹਾਂ, ਕਿਉਂਕਿ ਜਿਹੜਾ ਆਪਣਾ ਸੋਫਟਵੇਅਰ ਹੈਗਾ ਵਿਨਯੂਰ ਇੰਗਲਿਸ਼ ਦਾ, ਉਹ ਐਗਜੈਕਟ ਸੇਮ ਹੈ ਜਿਵੇਂ ਕਿ ਤੁਸੀਂ ਐਗਜ਼ਾਮ 'ਚ ਐਕਸਪੀਰੀਅੰਸ ਕੀਤਾ? ਸੇਮ ਸਟੈਪਸ ਨੇ ਸਾਰੀਆਂ ਚੀਜ਼ਾਂ। ਤੋ ਇਹਦੇ ਨਾਲ ਜੇ ਐਗਜ਼ਾਮ ਨੂੰ ਕੰਪੇਅਰ ਕਰੀਏ ਤਾਂ ਐਗਜ਼ਾਮ ਇਸ ਤੋਂ ਔਖਾ ਸੀ ਕਿ ਸੌਖਾ ਸੀ? ਐਗਜ਼ਾਮ ਸਰ ਜੀ ਇਸ ਤੋਂ ਸੌਖਾ ਸੀਗਾ ਬਿਲਕੁਲ, ਇਹ ਤਾਂ ਆਪਾਂ ਪ੍ਰੈਕਟਿਸ ਕਰਕੇ ਐਗਜ਼ਾਮ ਦੇ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਫੇਸ ਕਰੂਗਾ ਸਟੂਡੈਂਟ ਇਹ ਤੋਂ। ਠੀਕ ਹੈ, ਹੋਰ ਚੀਜ਼ ਦੱਸੋ, ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਇੰਸਟੀਟਿਊਸ਼ਨਸ ਨੇ, ਔਰ ਬੱਚਿਆਂ ਦੀ ਸੇਫਟੀ ਨਹੀਂ ਹੈਗੀ, ਪੇਰੈਂਟਸ ਨੂੰ ਬੇਟੀਆਂ ਵਾਸਤੇ ਬੜਾ ਸੋਚਣਾ ਪੈਂਦਾ ਕਿ ਕਿੱਦਾਂ ਦਾ ਇੰਸਟੀਟਿਊਟ ਜੁਆਇਨ ਕਰੀਏ। ਇੱਥੇ ਤੁਹਾਨੂੰ ਕੀ ਇਨਵਾਇਰਮੈਂਟ ਲੱਗਿਆ ਕਿ ਬੇਟੀਆਂ ਵਾਸਤੇ ਸੇਫ ਹੈ, ਕਿੱਦਾਂ ਹੈਗਾ ਇਨਵਾਇਰਮੈਂਟ? ਸਰ ਜੀ ਬਿਲਕੁਲ ਬੇਟੀਆਂ ਵਾਸਤੇ ਸੇਫ ਹੈ, ਇਨਵਾਇਰਮੈਂਟ ਵਧੀਆ ਵਾ, ਕੋਈ ਵੀ ਇੱਥੇ ਮਤਲਬ ਕੋਈ ਵੀ ਮਿਹਨਤ ਲੱਗਿਆ ਨਹੀਂ ਹੈਗਾ ਇੱਥੇ, ਕੁਛ ਵੀ ਕੋਈ ਡਿਫਰੈਕਸ਼ਨ ਨਹੀਂ। ਇਹ ਚੀਜ਼ ਸਾਡੀ ਸਪੈਸ਼ਲ ਅਸੀਂ ਮੇਨਟੇਨ ਕੀਤੀ ਹੈ, ਹਾਈਲੀ ਕੁਆਲੀਫਾਈਡ ਟ੍ਰੇਨਰਸ ਨੇ, ਮੈਂ ਖੁਦ PhD ਕੀਤੀ ਹੈਗੀ ਹੈ, ਸਾਡੇ ਕੋਲ ਪੀਅਰਸਨ ਸਰਟੀਫਾਈਡ ਟ੍ਰੇਨਰ ਹੈ, ਅਸੀਂ ਡਿਸਿਪਲਨ ਨੂੰ ਮੁੱਖ ਰੱਖਿਆ ਕਿ ਬੇਟੀਆਂ ਦੀ ਸੇਫਟੀ ਸਾਡੇ ਲਈ ਬਹੁਤ ਇੰਪੋਰਟੈਂਟ ਹੈ, ਤੁਹਾਡੀਆਂ ਬੇਟੀਆਂ ਸਾਡੀਆਂ ਬੇਟੀਆਂ, ਅਸੀਂ ਇਸ ਚੀਜ਼ ਨੂੰ ਮੰਨ ਕੇ ਚੱਲਦੇ ਹਾਂ, ਤਾਂ ਇਸ ਕਰਕੇ ਅਸੀਂ ਇੱਕ ਐਜੂਕੇਸ਼ਨਲ ਇਨਵਾਇਰਮੈਂਟ ਅਸੀਂ ਕ੍ਰੀਏਟ ਕੀਤਾ। ਸੋ ਇਸ ਤੋਂ ਇਲਾਵਾ ਤੁਹਾਨੂੰ ਜਿਹੜੇ ਟਿਪਸ ਐਂਡ ਟ੍ਰੇਨਿੰਗ ਦਿੱਤੇ ਜਾਂਦੇ ਸੀ PT ਟੀਮ ਵੱਲੋਂ, ਉਹ ਫਾਇਦੇਮੰਦ ਹੋਏ ਤੁਹਾਨੂੰ ਐਗਜ਼ਾਮ ਦੇ ਵਿੱਚ? ਹਾਂਜੀ, ਟਿਪਸ ਐਂਡ ਟ੍ਰਿਕਸ ਪੂਰੇ ਫਾਇਦੇਮੰਦ ਹੋਏ ਬਿਲਕੁਲ, ਮੈਡਮ ਨੇ ਸਾਰਾ ਫੁੱਲ ਡਿਟੇਲ ਦੱਸਿਆ ਸੀਗਾ, ਅਤੇ ਐਗਜ਼ਾਮ ਦੇ ਵਿੱਚ ਮੈਂ ਉਹਨਾਂ ਨੂੰ ਫੋਲੋ ਵੀ ਕੀਤਾ, ਅਤੇ ਇਸ ਕਰਕੇ ਮੈਂ ਚੰਗੇ ਸਕੋਰ ਅਚੀਵ ਕੀਤੇ। ਮੈਨੀ ਮੈਨੀ ਕੰਗਰੈਚੁਲੇਸ਼ਨ, ਥੈਂਕ ਯੂ ਸਰ, ਪਰਮਾਤਮਾ ਬਹੁਤ ਤਰੱਕੀਆਂ ਦੇਵੇ। ਜਿਹੜੇ ਸਟੂਡੈਂਟਸ ਵੀ PT ਜਾਂ IELTS ਜਿਨ੍ਹਾਂ ਤੋਂ ਕਲੀਅਰ ਨਹੀਂ ਹੋ ਰਿਹਾ, ਬਾਰ ਬਾਰ ਜਿਵੇਂ ਇਹਨਾਂ ਨੂੰ 2 ਸਾਲ ਹੋ ਗਏ ਸੀ ਬਾਕੀ ਸੈਂਟਰਸ 'ਤੇ, ਕਾਫੀ ਜਗ੍ਹਾ ਲੁਧਿਆਣੇ ਤੱਕ ਜਾਏ, ਹੁਣ ਵਿਨਯੂਰ ਇੰਗਲਿਸ਼ ਆ ਕੇ ਇਹਨਾਂ ਦਾ ਬਹੁਤ ਅੱਛਾ ਸਕੋਰ ਆਇਆ, ਤੁਸੀਂ ਵੀ ਆਓ, ਟਰਾਈ ਵਿਨਯੂਰ ਇੰਗਲਿਸ਼ ਐਂਡ ਫੀਲ ਦਾ ਡਿਫਰੈਂਸ। ਫਰਦਰ ਅਸੀਂ ਤੁਹਾਨੂੰ ਫਾਈਲਿੰਗ ਐਂਡ ਸਟੱਡੀ ਅਬਰੋਡ ਸਰਵਿਸਿਜ਼ ਦੇ ਵਿੱਚ ਵੀ ਹੈਲਪ ਕਰਾਂਗੇ। ਯੂ ਕੈਨ ਡਾਇਰੈਕਟਲੀ ਕਾਲ ਮੀ ਐਟ 7973160270। ਥੈਂਕ ਯੂ।